ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਅੰਮ੍ਰਿਤਸਰ ਸਾਹਿਬ ਦੀ ਘਟਨਾ। ਪੈਰਾਂ ਤੋਂ ਲੈ ਕੇ ਸਿਰ ਤੱਕ ਇੱਕ ਬੱਚਾ ਗਲਿਆ ਹੋਇਆ ਸੀ। ਮਾਤਾ ਪਿਤਾ ਨੇ ਆਪਣੇ ਵੱਲੋਂ ਸਾਰੇ ਯਤਨ ਕਰ ਲਏ ਪਰ ਕੁਝ ਨਾ ਹੋ ਸਕਿਆ। ਕੋਈ ਦਵਾਈ ਐਸੀ ਨਹੀਂ ਸੀ ਜਿਸ ਨੇ ਅਸਰ ਵਿਖਾਇਆ ਹੋਏ। ਉਹਨੇ ਐਸਾ ਦੁਨੀਆ 'ਤੇ ਕੋਈ ਡਾਕਟਰ ਨਹੀਂ ਸੀ ਜਿਸ ਨੂੰ ਨਾ ਦਿਖਾਇਆ ਹੋਏ, ਪਰ ਸਭ ਦਾ ਇੱਕੋ ਜਵਾਬ ਸੀ, ਵਾਪਿਸ ਲੈ ਜਾਓ ਅਤੇ ਇਸ ਦੀ ਸੇਵਾ ਕਰ ਲਓ। ਸਰੀਰ ਦਿਨੋਂ ਦਿਨ ਖਰਾਬ ਹੁੰਦਾ ਗਿਆ। ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਸਰੀਰ ਵਿੱਚੋਂ ਮੁਸ਼ਕ ਆਉਣ ਲੱਗ ਗਈ। ਪਰਿਵਾਰ ਤੋਂ ਉਹ ਤੜਫਦਾ ਹੋਇਆ ਦੇਖਿਆ ਨਹੀਂ ਸੀ ਜਾਂਦਾ। ਪਰਿਵਾਰ ਨੇ ਸੋਚਿਆ ਕਿਉਂ ਨਾ ਇਸ ਨੂੰ ਟੀਕਾ ਲਵਾ ਦਿੱਤਾ ਜਾਵੇ, ਇਹਦੀ ਜਾਨ ਤਾਂ ਸੁਖੀ ਹੋ ਜੂਗੀ, ਨਾਲੇ ਸਾਡੇ ਤੋਂ ਇੰਨਾ ਦੁੱਖ ਨਹੀਂ ਦੇਖਿਆ ਜਾਂਦਾ ਅਤੇ ਉਹ ਅਕਾਲ ਪੁਰਖ ਕੋਲ ਚਲਾ ਜਾਵੇਗਾ। ਵਾਹਿਗੁਰੂ, ਕਿਉਂਕਿ ਦੁੱਖ ਬਾਹਲਾ ਸੀ, ਕਿਸੇ ਤੋਂ ਵੀ ਦੇਖਿਆ ਨਹੀਂ ਸੀ ਜਾਂਦਾ। ਕਿਸੇ ਨੇ ਕਿਹਾ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਤੋਂ ਦੁੱਖ ਪੰਜਣੀ ਤੋਂ ਇੱਕ ਜਲ ਦੀ ਬੋਤਲ ਲੈ ਆਓ ਅਤੇ ਉਸ ਨਾਲ ਰੋਜ਼ ਕੇਸ਼ੀ ਇਸ਼ਨਾਨ ਕਰਵਾਓ ਅਤੇ ਨਾਲ ਹੀ ਰੋਜ਼ ਇੱਕ ਘੁੱਟ ਇਸਨੂੰ ਪੀਣ ਲਈ ਵੀ ਦਿਆ ਕਰੋ। ਉਹ ਜੋ ਇੱਕ ਚੂਲਾ ਲਏਗਾ ਉਹ ਉਸਦੇ ਮੂੰਹ ਦੇ ਅੰਦਰ ਹੀ ਜਾਣਾ ਚਾਹੀਦਾ। ਉਸਦੇ ਘਰ ਵਾਲਿਆਂ ਨੂੰ ਜੋ ਸੰਤ ਜੀ ਨੇ ਕਿਹਾ ਰੋਜ਼ ਇਸ ਕੋਲ ਬੈਠ ਕੇ ਇੱਕ ਘੰਟਾ ਮੂਲ ਮੰਤਰ ਦਾ ਪਾਠ ਵੀ ਕਰਨਾ ਅਤੇ ਇਹ ਰੋਜ਼ ਬਿਨਾਂ ਕਿਸੇ ਨਾਗੇ ਤੋਂ ਹੀ ਕਰਨਾ। ਉਹ ਸਾਰਾ ਪਰਿਵਾਰ ਕਹਿਣ ਲੱਗਾ ਜੀ ਹੱਥ ਤਾਂ ਇਸਨੂੰ ਲਾਇਆ ਨਹੀਂ ਜਾਂਦਾ, ਸਰੀਰ ਤਾਂ ਇੰਨਾ ਖਰਾਬ ਹੈ, ਫਿਰ ਅਸੀਂ ਇਸ਼ਨਾਨ ਕਿਵੇਂ ਕਰਵਾਈਏ ਅਤੇ ਸਰੀਰ ਇੰਨਾ ਖਰਾਬ ਹੋ ਗਿਆ ਕਿ ਕੋਲ ਬੈਠ ਕੇ ਕਿਵੇਂ ਜਾਪ ਕਰੀਏ। ਫਿਰ ਉਹਨੂੰ ਇਸ਼ਨਾਨ ਤਾਂ ਅਸੀਂ ਬਹੁਤ ਔਖਾ ਹੈ। ਫਿਰ ਉਹ ਸੰਤ ਜੀ ਨੇ ਕਿਹਾ ਫਿਰ ਤੁਸੀਂ ਐਵੇਂ ਕਰੋ, ਹੱਥ ਵੀ ਨਾ ਲਾਓ, ਤੁਸੀਂ ਇੰਝ ਕਰੋ ਇੱਕ ਪਾਣੀ ਦੀ ਬਾਲਟੀ ਭਰ ਲਓ ਅਤੇ ਉਸਦੇ ਵਿੱਚ ਜਲ ਮਿਲਾ ਦਿਓ, ਜਦੋਂ ਉੱਤੇ ਪਾਓਗੇ ਨਾਲ ਨਾਲ ਮੂਲ ਮੰਤਰ ਦਾ ਜਾਪ ਕਰੋ ਅਤੇ ਸਾਰੇ ਜਣੇ ਥੋੜ੍ਹੀ ਦੂਰ ਬੈਠ ਕੇ ਮੂਲ ਮੰਤਰ ਦਾ ਜਾਪ ਕਰ ਲਿਓ। ਜਾਪ ਇਸ ਤਰ੍ਹਾਂ ਕਰਿਓ ਕਿ ਉਹਦੇ ਕੰਨਾਂ 'ਚ ਵੀ ਆਵਾਜ਼ ਪਵੇ। ਇਸ ਤਰ੍ਹਾਂ ਕਰਦੇ ਕਰਦੇ 20 ਦਿਨ ਬੀਤ ਗਏ ਅਤੇ ਉਹ 20 ਦਿਨਾਂ 'ਚ ਰੋਜ਼ ਥੋੜ੍ਹਾ ਥੋੜ੍ਹਾ ਠੀਕ ਹੁੰਦਾ ਗਿਆ ਅਤੇ ਜਦੋਂ ਅਗਲਾ ਦਿਨ ਹੋਇਆ ਤਾਂ ਉਹ ਖੁਦ ਖੜ੍ਹਾ ਹੋ ਗਿਆ। ਉਹ ਜਦੋਂ ਖੜ੍ਹਾ ਹੋਇਆ ਤਾਂ ਸਿੱਧਾ ਗੁਰੂ ਰਾਮਦਾਸ ਜੀ ਦੇ ਦਰ 'ਤੇ ਗਿਆ, ਉਹਨੇ ਉੱਥੇ ਮੱਥਾ ਟੇਕਿਆ। ਉੱਥੇ ਉਹ ਜਾ ਕੇ ਸੰਤਾਂ ਨੂੰ ਮਿਲਿਆ, ਉਹਨੇ ਕਿਹਾ ਤੁਸੀਂ ਮੈਨੂੰ ਪਹਿਚਾਣਿਆ? ਸੰਤ ਜੀ ਨੇ ਕਿਹਾ ਨਹੀਂ। ਤਾਂ ਉਹ ਕਹਿਣ ਲੱਗਾ ਮੈਂ ਉਹੀ ਹਾਂ ਜਿਹਦਾ ਸਰੀਰ ਖਰਾਬ ਹੋ ਗਿਆ ਸੀ ਅਤੇ ਹੁਣ ਦੇਖੋ ਮੇਰੇ ਸਰੀਰ 'ਤੇ ਇੱਕ ਵੀ ਦਾਗ ਨਹੀਂ ਹੈ, ਅੱਜ ਖੁਦ ਚੱਲ ਕੇ ਇੱਥੇ ਮੱਥਾ ਟੇਕਣ ਆਇਆ, ਮੈਂ ਹੁਣ ਜਮ੍ਹਾਂ ਤੰਦਰੁਸਤ ਹੋ ਗਿਆ ਹਾਂ। ਉਹਨੇ ਜ਼ਿੰਦਗੀ ਭਰ ਹੁਣ ਮੂਲ ਮੰਤਰ ਕਰਨ ਦਾ ਫੈਸਲਾ ਕੀਤਾ ਅਤੇ ਹੋਰਾਂ ਨੂੰ ਵੀ ਗੁਰਬਾਣੀ ਦੇ ਲੜ ਲਾਇਆ। ਇੱਕ ਹੋਰ ਸੱਚੀ ਘਟਨਾ। ਇੱਕ ਸਿੱਖ ਪਰਿਵਾਰ ਘਰ ਵਿੱਚ ਇੱਕ ਬੱਚੇ ਨੇ ਜਨਮ ਲਿਆ। ਉਹ ਕੰਨਾਂ ਤੋਂ ਸੁਣ ਨਹੀਂ ਸੀ ਸਕਦਾ ਅਤੇ ਮੂੰਹੋਂ ਬੋਲ ਨਹੀਂ ਸੀ ਸਕਦਾ। ਉਸ ਦੀਆਂ ਦੋਨੋਂ ਲੱਤਾਂ ਵੀ ਕਿਸੇ ਕਾਰਨ ਆਪਸ ਵਿੱਚ ਜੁੜੀਆਂ ਹੋਈਆਂ ਸੀ ਅਤੇ ਸਰੀਰ ਇਸ ਹਿਸਾਬ ਨਾਲ ਸੀ ਕਿ ਕੋਈ ਵੀ ਉਹਨੂੰ ਕੱਪੜੇ ਨਹੀਂ ਸੀ ਪਾ ਸਕਦਾ ਅਤੇ ਉਸਦਾ ਖੁਦ ਦਾ ਗੱਡੀਆਂ ਦਾ ਠੀਕ ਕਰਨ ਦਾ ਕਾਰੋਬਾਰ ਸੀ। ਇੱਕ ਦਿਨ ਇੱਕ ਸੰਤ ਉੱਥੇ ਕੁਦਰਤੀ ਤੌਰ 'ਤੇ ਹੀ ਪਹੁੰਚ ਗਏ। ਉਹ ਪਰਿਵਾਰ ਨੇ ਬਹੁਤ ਆਓ ਭਗਤ ਕੀਤੀ ਅਤੇ ਉਹਨਾਂ ਨੂੰ ਅੰਦਰ ਅਤੇ ਫਿਰ ਆਪਣੇ ਬੱਚੇ ਨੂੰ ਦਿਖਾਇਆ। ਕਹਿਣ ਲੱਗੇ ਸਾਡਾ ਮਨ ਬਹੁਤ ਦੁਖੀ ਹੁੰਦਾ ਇਹ ਦੇਖ ਕੇ ਵਾਹਿਗੁਰੂ ਨੇ ਇਹ ਕੀ ਕੀਤਾ, ਅਸੀਂ ਸਾਰੇ ਯਤਨ ਕਰ ਲਏ ਨੇ। ਅਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਸੇਵਾ ਕਰ ਲਓ ਜੇ ਹੁੰਦੀ ਹੈ ਤਾਂ। ਸੰਤ ਜੀ ਕਹਿੰਦੇ ਤੁਸੀਂ ਇਸਨੂੰ ਹਰਿਮੰਦਰ ਸਾਹਿਬ ਲੈ ਜਾਓ ਅਤੇ ਸਵਾ ਮਹੀਨਾ ਦੁੱਖ ਪੰਜਣੀ ਬੇਰੀ ਥੱਲੇ ਇਸਨੂੰ ਕੇਸੀ ਇਸ਼ਨਾਨ ਕਰਵਾਓ ਅਤੇ ਨਾਲ ਘਰ ਵੀ, ਅਤੇ ਜਦੋਂ ਗੁਰੂ ਘਰ ਲੈ ਕੇ ਜਾਓ ਉਦੋਂ ਮੂਲ ਮੰਤਰ ਦਾ ਜਾਪ ਕਰੋ। ਮੂਲ ਮੰਤਰ ਦਾ ਜਾਪ ਇੱਕ ਘੰਟਾ ਰੋਜ਼ ਕਰਨਾ ਅਤੇ ਵਾਹਿਗੁਰੂ ਜੀ ਆਪ ਮਿਹਰ ਕਰਨਗੇ। ਉਹਨਾਂ ਸਭ ਨੇ ਇਹ ਕਰਨਾ ਸ਼ੁਰੂ ਕਰ ਦਿੱਤਾ। ਮੂਲ ਮੰਤਰ ਇੱਕ ਐਸੀ ਤਾਕਤ ਹੈ ਜੋ ਸਾਨੂੰ ਰੱਬੀ ਦਾਤ ਮਿਲੀ ਹੈ ਅਤੇ ਇਸ 'ਤੇ ਸ਼ਰਧਾ ਭਾਵਨਾ ਨਾਲ ਵਿਸ਼ਵਾਸ ਕਰਕੇ ਤੁਸੀਂ ਵੀ ਵੇਖ ਲਓ। ਗੁਰਬਾਣੀ ਤਾਂ ਸਭ ਦੇ ਕਾਰਜ ਰਾਸ ਕਰਦੀ ਹੈ, ਉਹ ਤਾਂ ਇੱਕ ਪਲ ਦਾ ਸਮਾਂ ਨਹੀਂ ਲਾਉਂਦੀ ਅਤੇ ਸਭ ਕੁਝ ਸੋਹਣਾ ਬਣਾ ਦਿੰਦੀ ਹੈ। ਵਾਹਿਗੁਰੂ ਜੀ ਜਦੋਂ ਤੁਸੀਂ ਹਰਿਮੰਦਰ ਸਾਹਿਬ ਆਓ ਦੇਖੋ ਤਾਂ ਦੇਖੋਗੇ ਉੱਥੇ ਮੂਲ ਮੰਤਰ ਲਿਖਿਆ ਹੋਇਆ, ਇਸ ਤੋਂ ਵੱਧ ਕੀ ਸਬੂਤ ਚਾਹੀਦੇ ਹਨ। ਉਸ ਵਾਹਿਗੁਰੂ ਦੇ ਘਰ ਦੇ ਅੰਦਰ ਵੀ ਮੂਲ ਮੰਤਰ ਲਿਖਿਆ। ਸੰਗਤ ਜੀ ਤੁਹਾਨੂੰ ਪਤਾ ਲੱਗੇ ਕਿ ਅਸੀਂ ਰੋਜ਼ ਇਸ ਦਾ ਜਾਪ ਕਰਨਾ ਹੈ ਅਤੇ ਆਪਣੇ ਪ੍ਰਭੂ ਨਾਲ ਜੁੜਨਾ ਹੈ। ਅਤੇ ਉਸ ਪਰਿਵਾਰ ਨੇ ਵੀ ਰੋਜ਼ ਐਵੇਂ ਕੀਤਾ, ਉਹ ਇੱਕ ਘੰਟਾ ਰੋਜ਼ ਮੂਲ ਮੰਤਰ ਕਰਦਾ ਅਤੇ ਸਵਾ ਮਹੀਨੇ ਬਾਅਦ ਉਹ ਬੱਚਾ ਇੱਕ ਸ਼ਰਧਾ ਰੱਬ ਗੁਰੂ ਰਾਮਦਾਸ ਜੀ ਦੇ ਦਰ ਤੋਂ ਠੀਕ ਹੋ ਗਿਆ। ਇਸ ਦਾ ਭਾਵ ਇਹ ਕਿ ਸਾਡੇ ਵਿੱਚ ਜਾਂ ਤਾਂ ਸ਼ਰਧਾ ਦੀ ਘਾਟ ਹੈ
ਜਾਂ ਸਾਨੂੰ ਆਪਣੇ ਗੁਰੂ 'ਤੇ ਵਿਸ਼ਵਾਸ ਨਹੀਂ? ਜੇ ਵਿਸ਼ਵਾਸ ਹੁੰਦਾ ਤਾਂ ਜੋ ਮੰਗਦੇ ਆਪੇ ਮਿਲ ਜਾਂਦਾ। ਸਾਡਾ ਵਿਸ਼ਵਾਸ ਹੀ ਡਾਵਾਂਡੋਲ ਹੋ ਰਿਹਾ। ਜਦੋਂ ਜੋ ਬੱਚਾ ਬੋਲ ਨਹੀਂ ਸੀ ਸਕਦਾ ਉਹ ਬੋਲਣ ਲੱਗ ਗਿਆ, ਅਤੇ ਜਦੋਂ ਬੋਲਣ ਲੱਗਾ ਉਹਨੇ ਪਹਿਲਾ ਲਫਜ਼ ਪਤਾ ਕੀ ਬੋਲਿਆ? ਵਾਹਿਗੁਰੂ। ਕਿਉਂਕਿ ਰੋਜ਼ ਉਸ ਕੋਲ ਮੂਲ ਮੰਤਰ ਦਾ ਜਾਪ ਹੁੰਦਾ ਸੀ ਅਤੇ ਉਹ ਗੁਰੂ ਘਰ ਜਾਂਦਾ ਸੀ। ਉਸਨੂੰ ਗੁਰੂ ਰਾਮਦਾਸ ਜੀ ਨੇ ਬੋਲਣ ਲਾਤਾ, ਸੁਣਨ ਲਾਤਾ। ਉਸਦੀਆਂ ਲੱਤਾਂ ਠੀਕ ਨਹੀਂ ਸੀ ਹੁੰਦੀਆਂ, ਉਹ ਠੀਕ ਕਰ ਦਿੱਤੀਆਂ, ਜਿਸ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਉਹ ਹਰਿਮੰਦਰ ਸਾਹਿਬ ਆ ਕੇ ਠੀਕ ਹੋ ਗਿਆ। ਫਿਰ ਸਿੱਖੋ, ਆਪਾਂ ਕਿਉਂ ਨਹੀਂ ਆਪਣੇ ਗੁਰੂ ਦੇ ਲੜ ਲੱਗਦੇ? ਆਪਾਂ ਕਿਉਂ ਨਹੀਂ ਗੁਰਸਿੱਖ ਬਣਦੇ? ਆਪਾਂ ਕਿਉਂ ਨਹੀਂ ਗੁਰੂ ਦੀ ਰਹਿਮਤ ਵਿੱਚ ਵਿਸ਼ਵਾਸ ਕਰਦੇ? ਆਪਾਂ ਕਿਉਂ ਨਹੀਂ ਉਹਦੇ ਸਬਰ ਸੰਤੋਖ ਕਰਦੇ ਜੋ ਉਹਨਾਂ ਦਿੱਤਾ? ਇਹ ਘਟਨਾ ਕਪੂਰਥਲੇ ਦੀ ਹੈ। ਇੱਕ ਸਿੱਖ, ਉਸਦਾ ਪੁੱਤਰ ਜਵਾਨ ਸੀ ਪਰ ਉਹ ਬੋਲ ਨਹੀਂ ਸੀ ਸਕਦਾ। ਉਹ ਘਰੋਂ ਅਮੀਰ ਸੀ, ਇਸ ਕਰਕੇ ਉਹਨੇ ਬੜੇ ਵੱਡੇ ਵੱਡੇ ਡਾਕਟਰ ਨੂੰ ਵੀ ਦਿਖਾ ਲਿਆ, ਪਰ ਉਹ ਫਿਰ ਵੀ ਉਹਦਾ ਪੁੱਤਰ ਨਾ ਬੋਲਿਆ। ਫਿਰ ਕਿਸੇ ਨੇ ਦੱਸਿਆ ਕਿ ਤੁਸੀਂ ਇਹਨੂੰ ਗੁਰੂ ਰਾਮਦਾਸ ਜੀ ਦੇ ਦਰ 'ਤੇ ਲੈ ਕੇ ਜਾਓ। ਉਹ ਉੱਥੇ ਲੈ ਕੇ ਗਏ, ਉਹਨਾਂ ਉੱਥੇ ਅਰਦਾਸ ਕਰਵਾਈ, ਅਤੇ ਉਹ ਰੋਜ਼ ਜਲ ਨਾਲ ਇਸ਼ਨਾਨ ਕਰਵਾਉਂਦੇ, ਚੂਲੇ ਦਿੰਦੇ ਅਤੇ ਮੂਲ ਮੰਤਰ ਦਾ ਪਾਠ ਕਰਦੇ। ਉਹਦਾ ਪੁੱਤਰ 18 ਸਾਲ ਬਾਅਦ ਬੋਲਣ ਲੱਗ ਗਿਆ ਸੀ। ਜੋ 18 ਸਾਲ ਨਹੀਂ ਸੀ ਬੋਲ ਸਕਿਆ ਉਹਦੇ 'ਤੇ ਗੁਰੂ ਦੀ ਰਹਿਮਤ ਹੋ ਗਈ। ਘਰਦਿਆਂ ਨੇ ਖੁਸ਼ੀ ਦਾ ਪਾਠ ਰਖਵਾਇਆ ਅਤੇ ਸਾਰਾ ਪਿੰਡ ਆਇਆ। ਉਸ ਲੜਕੇ ਨੇ ਖੁਦ ਸਭ ਨੂੰ ਲੰਗਰ ਛਕਾਇਆ। ਸਾਧ ਸੰਗਤ ਜੀ, ਇੱਕ ਸਿੱਖ ਬੜਾ ਗਰੀਬ ਜਿਹਾ ਅਤੇ ਉਹਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਉਹਨੇ ਸਭ ਨੂੰ, ਡਾਕਟਰ ਨੂੰ, ਜੋ ਵੀ ਨੇੜੇ ਨੇੜੇ ਸੀ ਸਭ ਨੂੰ ਦਿਖਾ ਲਿਆ, ਪਰ ਡਾਕਟਰ ਕਹਿੰਦੇ ਕਿ ਤੇਰੀ ਅੱਖਾਂ ਦੀ ਜੋ ਪਿਛਲੀ ਰੋਸ਼ਨੀ ਹੈ ਨਾ ਉਹੀ ਚਲੀ ਗਈ ਹੈ, ਤਾਂ ਹੁਣ ਉਹ ਲਾਈਟ ਜੋ ਹੈ ਉਹ ਵਾਪਿਸ ਤਾਂ ਆ ਨਹੀਂ ਸਕਦੀ, ਇਸ ਕਾਰਨ ਤੇਰੀ ਅੱਖਾਂ ਹੁਣ ਕਦੀ ਵੀ ਤੂੰ ਦੇਖ ਨਹੀਂ ਸਕਦਾ। ਉਸਨੂੰ ਕਿਸੇ ਨੇ ਕਿਹਾ ਕਿ ਤੂੰ ਹਰਿਮੰਦਰ ਸਾਹਿਬ ਜਾ, ਉੱਥੇ ਅਰਦਾਸ ਕਰਵਾ ਅਤੇ ਇਸ਼ਨਾਨ ਕਰ। ਉਹ ਗਿਆ, ਉਹਨੇ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ, ਅਰਦਾਸ ਕਰਵਾਈ, ਇਸ਼ਨਾਨ ਕੀਤਾ, ਇੱਕ ਬੋਤਲ ਵਿੱਚ ਜਲ ਵੀ ਲੈ ਲਿਆ। ਫਿਰ ਉਹ ਰੋਜ਼ ਮੂਲ ਮੰਤਰ ਦਾ ਪਾਠ ਕਰਨ ਲੱਗਾ। ਉਹ ਜਿਵੇਂ ਜਿਵੇਂ ਮੂਲ ਮੰਤਰ ਦਾ ਸ਼ਰਧਾ ਭਾਵਨਾ ਨਾਲ ਪਾਠ ਕਰਦਾ ਗਿਆ, ਉਹਦੀ ਅੱਖਾਂ ਦੀ ਰੋਸ਼ਨੀ ਵਾਪਸ ਆਉਣ ਲੱਗ ਗਈ ਅਤੇ ਕੁਝ ਹੀ ਦਿਨਾਂ ਵਿੱਚ ਉਹ ਬਿਲਕੁਲ ਸਾਫ਼ ਦੇਖਣ ਲੱਗ ਗਿਆ। ਸਾਧ ਸੰਗਤ ਜੀ, ਉਹਨੂੰ ਡਾਕਟਰ ਨੇ ਜਵਾਬ ਦਿੱਤਾ ਸੀ ਕਿ ਅੱਖਾਂ ਦੀ ਰੋਸ਼ਨੀ ਹੀ ਨਹੀਂ ਵਾਪਸ ਆ ਸਕਦੀ। ਜੇ ਉਹ ਵਾਹਿਗੁਰੂ ਸਾਡੇ 'ਤੇ ਮਿਹਰ ਕਰਦਾ ਤਾਂ ਸਾਡਾ ਵੀ ਹੱਕ ਬਣਦਾ ਹੈ ਕਿ ਅਸੀਂ ਗੁਰਬਾਣੀ ਦਾ ਜਾਪ ਕਰੀਏ, ਅਸੀਂ ਵੀ ਆਪਣੇ ਗੁਰੂ ਨਾਲ ਜੁੜੀਏ। ਅਸੀਂ ਇੰਨੇ ਬੇਮੋਇਤ ਕਿਵੇਂ ਹੋ ਸਕਦੇ ਹਾਂ? ਉਸ ਗੁਰੂ ਨੇ ਸਾਡੇ ਲਈ ਬਹੁਤ ਕੁਝ ਕੀਤਾ, ਹੁਣ ਸਾਡੀ ਜ਼ਿੰਮੇਵਾਰੀ ਹੈ, ਸਾਡਾ ਫਰਜ਼ ਹੈ ਕਿ ਅਸੀਂ ਵੀ ਗੁਰਬਾਣੀ ਦਾ ਜਾਪ ਕਰੀਏ, ਅਸੀਂ ਵੀ ਸਿੱਖੀ ਰੂਪ ਧਾਰਨ ਕਰੀਏ, ਹੋਰਾਂ ਨੂੰ ਗੁਰਬਾਣੀ ਨਾਲ ਜੋੜੀਏ। ਸਭ ਤੋਂ ਵੱਡਾ ਕੰਮ ਹੋਰਾਂ ਨੂੰ ਗੁਰਬਾਣੀ ਨਾਲ ਜੋੜਨਾ ਅਤੇ ਖੁਦ ਵੀ ਗੁਰਬਾਣੀ ਨਾਲ ਜੁੜਨਾ। ਇਹ ਗੱਲ ਸੱਚ ਹੈ ਕਿ ਇਹ ਸਾਰਾ ਸੰਸਾਰ ਨਾਸ਼ਵੰਤ ਹੈ, ਪਰ ਜਿਵੇਂ ਰੇਤ ਦੀ ਕੰਧ ਹੈ, ਉਹਨੇ ਡਿੱਗਣਾ ਸੰਭਵ ਹੈ, ਉਹ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ, ਪਰ ਇੱਕ ਚਿੱਤ ਸਦਾ ਕਾਇਮ ਰਹਿਣ ਵਾਲੀ ਹੈ, ਉਹ ਹੈ ਵਾਹਿਗੁਰੂ ਦਾ ਨਾਮ, ਗੁਰਬਾਣੀ ਜਾਪ। ਜੇ ਮਨੁੱਖ ਸਮਝਦਾ ਹੈ ਕਿ ਹਉਮੈ ਦਾ ਤਿਆਗ ਕਰਦਾ ਕਿ ਮੈਂ ਹੋਰਨਾਂ ਨਾਲੋਂ ਚੰਗਾ ਨਹੀਂ ਅਤੇ ਮੈਥੋਂ ਕੋਈ ਮਾੜਾ ਨਹੀਂ, ਫਿਰ ਅਜਿਹੇ ਸੇਵਕ ਨੂੰ ਪਰਮਾਤਮਾ ਪਾਰ ਲੰਘਾ ਲੈਂਦਾ ਹੈ। ਉਹ ਪਿਆਰਾ ਸਤਿਗੁਰੂ ਮੇਰੇ ਨਾਲ ਅੰਗ ਸੰਗ ਹੈ, ਜਿੱਥੇ ਕਿੱਥੇ ਭਾਵ ਹਰ ਥਾਂ 'ਤੇ ਜਿੱਥੇ ਲੋੜ ਹੋਵੇ ਮੇਰਾ ਸਤਿਗੁਰੂ ਮੈਨੂੰ ਵਿਕਾਰਾਂ ਤੋਂ ਛੁਡਾ ਲੈਂਦਾ ਹੈ। ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਰਹਿੰਦਾ ਉਹ ਕਦੇ ਦੁੱਖ ਨਹੀਂ ਪਾਉਂਦਾ, ਕਿਉਂਕਿ ਗੁਰੂ ਦੇ ਹੁਕਮ ਵਿੱਚ ਕਦੇ ਦੁੱਖ ਆਉਂਦਾ ਹੀ ਨਹੀਂ। ਜੇ ਕਦੇ ਕੋਈ ਦੁੱਖ ਹੈ ਤਾਂ ਗੁਰੂ ਪਹਿਲਾਂ ਹੀ ਕੱਟ ਦਿੰਦਾ, ਗੁਰੂ ਦੇ ਨਾਲ ਉਹਦੇ ਸਹਾਈ ਹੁੰਦਾ। ਅਤੇ ਕਦੇ ਵੀ ਕਿਸੇ ਦੀ ਨਿੰਦਾ ਚੁਗਲੀ ਨਾ ਕਰੋ, ਕਿਉਂਕਿ ਨਿੰਦਾ ਚੁਗਲੀ ਕਰਨਾ ਚੰਗਾ ਕੰਮ ਨਹੀਂ ਹੈ। ਮੂਰਖ ਮਨਮੁੱਖ ਲੋਕ ਹੀ ਨਿੰਦਾ ਕਰਿਆ ਕਰਦੇ ਨੇ, ਕਿਸੇ ਦੀ ਚੁਗਲੀਆਂ ਕਰਿਆ ਕਰਦੇ ਨੇ। ਲੋਕ ਪਰਲੋਕ ਵਿੱਚ ਉਹੀ ਬਦਨਾਮੀ ਖੱਟਦੇ ਹਨ ਅਤੇ ਭਿਆਨਕ ਨਰਕ ਵਿੱਚ ਪੈਂਦੇ ਹਨ। ਆਪਾਂ ਆਮ ਕਹਿ ਦਿੰਦੇ ਹਾਂ ਨਾ ਕਿ ਉਹਦੇ ਪਾਪ ਤੋਂ ਪਰੇ ਨੇ, ਫਿਰ ਤੁਸੀਂ ਕਿਉਂ ਉਹਦੇ ਪਾਪ ਤੋਂ ਰਹੇ ਹੋ? ਤੁਸੀਂ ਆਪਣੇ ਪਾਪ ਤੋਂ ਹੋ ਜੋ ਤੁਸੀਂ ਕੀਤੇ ਆ। ਜੋ ਤੁਹਾਨੂੰ ਦੁਨੀਆਂ ਵਿੱਚ ਬਹੁਤੇ ਧੰਨਵਾਨ, ਵੱਡੇ ਵੱਡੇ ਬੰਗਲੇ, ਕਾਰੋਬਾਰ ਦਿਖਦੇ ਆ ਨਾ, ਉਹੀ ਬੰਦਾ ਸਭ ਤੋਂ ਜ਼ਿਆਦਾ ਚਿੰਤਾ ਦਾ ਰੋਗੀ ਹੁੰਦਾ, ਉਹੀ ਸਭ ਤੋਂ ਜ਼ਿਆਦਾ ਰੋਗਾਂ ਅਤੇ ਚਿੰਤਾ ਨਾਲ ਦੱਬਿਆ ਹੋਇਆ ਹੁੰਦਾ। ਇਸ ਕਰਕੇ ਨਾਮ ਜਪੋ, ਵੰਡ ਛਕੋ, ਕਿਉਂਕਿ ਉਹ ਪਰਮਾਤਮਾ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਇਸ ਕਰਕੇ ਆਪਣੇ ਵਾਹਿਗੁਰੂ 'ਤੇ ਵਿਸ਼ਵਾਸ ਰੱਖੋ।
ਹਰ ਵਕਤ ਹਰ ਸਾਹਸ ਨਾਲ ਉਸਦਾ ਨਾਮ ਜਪੋ। ਉਹ ਹਰ ਵਕਤ ਤੁਹਾਡੇ ਨਾਲ ਹੈ। ਕਦੇ ਕੋਈ ਬੁਰਾ ਕੰਮ ਨਾ ਕਰੋ, ਕਿਉਂਕਿ ਪਰਮਾਤਮਾ ਤੁਹਾਨੂੰ ਦੇਖ ਰਿਹਾ।